ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ। ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਅਤੇ ਅਸੀਂ ਖਲੋਤੇ ਹੋਏ ਹਾਂ ਦੋਧਾ ਵਿਲੇਜ, ਜਿਹੜਾ ਪਿੰਡ ਹੈ ਇਹ ਬਾਬਾ ਗੁਰੂ ਨਾਨਕ ਸਾਹਿਬ ਜਦੋਂ ਆਏ ਚਾਰ ਉਦਾਸੀਆਂ ਕੱਟ ਕੇ ਅਤੇ ਇਸ ਜਗ੍ਹਾ ਦੇ ਉੱਤੇ ਆ ਕੇ ਬੈਠੇ ਸਨ। ਅਤੇ ਇੱਥੇ ਦੇ ਚੌਧਰੀ ਨੇ ਆਹ ਜਿਹੜੀ ਜਗ੍ਹਾ ਹੈ ਦਰਬਾਰ ਸਾਹਿਬ ਕਰਤਾਰਪੁਰ ਜਿਹਨੂੰ ਕਿਹਾ ਜਾਂਦਾ ਹੈ, ਅੱਜ ਜਿੱਥੇ ਜੋਤੀ ਜੋਤ ਸਮਾਏ ਨੇ, ਜਿੱਥੇ ਘਰ ਗਿਣਿਆ ਜਾਂਦਾ ਹੈ, ਜਿੱਥੇ ਇਹਨਾਂ ਦਾ ਸਾਰਾ ਕੁਛ ਗਿਣਿਆ ਜਾਂਦਾ ਹੈ ਕਿ ਵੀ ਬਾਬਾ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜੋਤੀ ਜੋਤ ਸਮਾਨ ਦੀ ਜਗ੍ਹਾ ਹੈ ਦੋਧੇ ਦੇ ਅੰਦਰ। ਅਤੇ ਦੋਧੇ ਦੇ ਅੰਦਰ ਉਹ ਕਿਸ ਤਰ੍ਹਾਂ ਉਹ ਸਾਰਾ ਕੁਛ ਹੋਇਆ, ਕਿਉਂਕਿ ਇੱਥੇ ਦੇ ਜਿਹੜੇ ਚੌਧਰੀ ਸਨ ਔਰ ਉਹਨਾਂ ਨੇ ਇਹ ਜਗ੍ਹਾ ਜਿਹੜੀ ਸੀ ਬਾਬਾ ਗੁਰੂ ਨਾਨਕ ਸਾਹਿਬ ਦੇ ਮੌਜਦੇ ਦੇਖ ਕੇ, ਕ੍ਰਿਸ਼ਮੇ ਦੇਖ ਕੇ ਉਹਨਾਂ ਨੂੰ ਜਿਹੜੀ ਸੀ ਉਹਨਾਂ ਨੇ ਉਹ ਦੇ ਦਿੱਤੀ ਸੀ। ਔਰ ਇਹਦੇ ਮੁਤਲਕ ਹੋਰ ਵੀ ਬਹੁਤ ਜ਼ਿਆਦਾ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਸਾਰੀਆਂ ਮਸ਼ਹੂਰ ਨੇ ਪਿੰਡ ਦੋਧੇ ਦੇ ਮੁਤਲਕ ਵੀ। ਬਾਬਾ ਗੁਰੂ ਨਾਨਕ ਸਾਹਿਬ ਨੇ ਆਖਰ ਚਾਰ ਉਦਾਸੀਆਂ ਕੱਟੀਆਂ, ਚਾਰੋਂ